ਵਾਲੇਕੁਮ ਦੋਸਤੋ, ਕੀ ਹਾਲ ਚਾਲ ਹੈ। ਗਿਆਨੀ ਸੰਤ ਸਿੰਘ ਮਸਕੀਨ ਜੀ ਦੀ ਬੜੀ ਪਿਆਰੀ ਕਥਾ, ਬਾਬਾ ਗੁਰੂ ਨਾਨਕ ਸਾਹਿਬ ਉਹਨਾਂ ਦੇ ਹਵਾਲੇ ਦੇ ਨਾਲ ਇੱਕ ਬਹੁਤ ਪਿਆਰੀ ਦਲੀਲ ਪੇਸ਼ ਕਰ ਰਹੇ ਨੇ। ਇਸ ਕਥਾ ਨੂੰ ਆਪਾਂ ਖਾਮੋਸ਼ੀ ਦੇ ਨਾਲ ਸੁਣਨੇ ਹਾਂ ਦੋਸਤੋ, ਟਾਈਮ ਨਹੀਂ ਜ਼ਾਇਆ ਕਰਦੇ, ਐਂਡ 'ਤੇ ਆਪਾਂ ਗੱਲਬਾਤ ਕਰਾਂਗੇ। ਸਨਮਾਨਯੋਗ ਗੁਰੂ ਸਾਧ ਸੰਗਤ ਜੀ, ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮਾਤਮਾ ਦੀ ਪ੍ਰਾਪਤੀ ਦਾ ਅਵਸਰ ਸਿਰਫ ਮਨੁੱਖਾ ਹੀ ਯੋਨ ਹੈ। ਇਹ ਅਵਸਰ, ਇਹ ਮੌਕਾ, ਇਹ ਸਮਾਂ ਕੇਵਲ ਪਰਿਪੂਰਨ ਪਰਮਾਤਮਾ ਨੇ ਮਨੁੱਖ ਨੂੰ ਹੀ ਪ੍ਰਦਾਨ ਕੀਤਾ। ਇਸ ਸਮੇਂ ਤੋਂ ਲਾਭ ਉਠਾ ਸਕੇ ਨਾ ਉਠਾ ਸਕੇ, ਇਹਦੀ ਸੁਤੰਤਰਤਾ ਵੀ ਹੈ, ਇਸ ਦੀ ਖੁੱਲ ਵੀ ਹੈ। ਇਸ ਵਾਸਤੇ ਕਹਿੰਦੇ ਨੇ, ਧਾਰਮਿਕ ਕਾਨੂੰਨ ਕੋਈ ਬੰਧਨ ਨਹੀਂ, ਮਰਜ਼ੀ ਹੈ ਮਨੁੱਖ ਦੀ, ਮੰਨੇ ਨਾ ਮੰਨੇ। ਰਾਜਨੈਤਿਕ ਕਾਨੂੰਨ, ਉਹਦੇ 'ਚ ਮਨੁੱਖ ਦੀ ਸੁਤੰਤਰਤਾ ਨਹੀਂ ਹੈ। ਜੋ ਕਾਨੂੰਨ ਬਣ ਗਿਆ ਹੈ, ਮੰਨਣਾ ਹੀ ਪਏਗਾ, ਤੋੜਨ ਵਾਲੇ ਨੂੰ ਸਜ਼ਾ ਹੈ। ਪਰ ਇੱਥੇ ਮਰਜ਼ੀ ਹੈ, ਤੂੰ ਰਹਿਤ ਬੈਤ ਰੱਖ ਭਾਵੇਂ ਨਾ ਰੱਖ, ਅੰਮ੍ਰਿਤ ਵੇਲੇ ਉੱਠ ਭਾਵੇਂ ਨਾ ਉੱਠ। ਜਦ ਧਰਮ ਦੇ 'ਚ ਜ਼ਬਰ ਆ ਜਾਏ, ਤਾਂ ਧਰਮ ਵੀ ਰਾਜਨੀਤੀ ਹੋ ਜਾਂਦਾ ਹੈ, ਧਰਮ ਧਰਮ ਨਹੀਂ। ਧਰਮ ਨੂੰ ਗ੍ਰਹਿਣ ਕਰਨ ਲੱਗਿਆਂ ਸੁਤੰਤਰਤਾ ਹੈ, ਅਤੇ ਧਰਮ ਦਾ ਫਲ ਵੀ ਸੁਤੰਤਰਤਾ ਹੈ। ਸੁਤੰਤਰਤਾ ਨੂੰ ਕਹਿੰਦੇ ਨੇ ਮੋਕਸ਼, ਆਜ਼ਾਦੀ, ਮੁਕਤੀ। ਧਰਮ ਨੂੰ ਗ੍ਰਹਿਣ ਕਰਨ ਲੱਗਿਆਂ ਵੀ ਮਨੁੱਖ ਮੁਕਤ ਹੈ, ਆਜ਼ਾਦ ਹੈ, ਇਹਦੀ ਮਰਜ਼ੀ ਹੈ ਅੰਮ੍ਰਿਤ ਵੇਲੇ ਉੱਠਣਾ ਹੈ ਕਿ ਨਹੀਂ, ਜਪ ਕਰਨਾ ਹੈ ਕਿ ਨਹੀਂ। ਗੁਰੂ ਦੀ ਦੱਸੀ ਹੋਈ ਰਹਿਣੀ ਬਹਿਣੀ ਦੇ ਮੁਤਾਬਕ ਚੱਲਣਾ ਹੈ ਕਿ ਨਹੀਂ, ਇਹਦੇ ਲਈ ਕੋਈ ਸਖਤੀ ਨਹੀਂ ਹੈ, ਜਬਰ ਨਹੀਂ ਹੈ, ਮਰਜ਼ੀ ਹੈ, ਖੁੱਲ ਹੈ। ਇਸ ਖੁੱਲ ਤੋਂ ਮਨੁੱਖ ਨੇ ਫਾਇਦਾ ਵੀ ਬੜਾ ਨਾਜਾਇਜ਼ ਉਠਾਇਆ ਹੈ ਕਿ ਮਨੁੱਖ ਉਸ ਪਰਮ ਹਸਤੀ, ਪਰਮ ਸ਼ਕਤੀ, ਜਗਤ ਦੀ ਬੁਨਿਆਦ ਪਰਮਾਤਮਾ ਤੋਂ ਹੀ ਇਨਕਾਰੀ ਹੋ ਗਿਆ, ਜੋ ਮੂਲ ਸਤ ਹੈ, ਜਗਤ ਦੀ ਸਤ ਹੈ। ਕਿਉਂਕਿ ਉਸ ਨੂੰ ਕੋਈ ਮੰਨੇ, ਜਬਰ ਨਹੀਂ ਹੈ, ਸਖਤੀ ਨਹੀਂ ਹੈ। ਮੈਂ ਫਿਰ ਅਰਜ਼ ਕਰਾਂ, ਧਾਰਮਿਕ ਨਿਯਮ ਨੂੰ ਅਗਰ ਜਬਰਨ ਥੋਪਿਆ ਜਾਏ, ਤਾਂ ਧਰਮ ਧਰਮ ਨਹੀਂ ਰਹਿ ਜਾਂਦਾ, ਉਹ ਰਾਜਨੀਤੀ ਹੋ ਜਾਂਦਾ। ਉਸ ਨਿਯਮ ਨੂੰ ਅਪਣਾਉਣ ਦੇ 'ਚ ਵੀ ਮਨੁੱਖ ਦੀ ਸੁਤੰਤਰਤਾ ਹੈ, ਮੰਨਣਾ ਹੈ ਕਿ ਨਹੀਂ ਮੰਨਣਾ। ਗੁਰੂ ਦੀ ਗੱਲ ਮੰਨਣੀ ਹੈ ਕਿ ਨਹੀਂ ਮੰਨਣੀ, ਸਾਡੀ ਮਰਜ਼ੀ ਹੈ, ਜਬਰ ਨਹੀਂ ਹੈ। ਲੇਕਿਨ ਕੋਈ ਮੰਨ ਲਵੇ ਤਾਂ ਉਹਦਾ ਫਲ ਵੀ ਸੁਤੰਤਰਤਾ ਹੈ, ਆਜ਼ਾਦੀ, ਮੁਕਤੀ। ਕਿਸ ਤੋਂ ਆਜ਼ਾਦੀ? ਜਨਮ ਮਰਨ ਤੋਂ ਆਜ਼ਾਦੀ, ਔਰ ਜਨਮਾਂ ਜਨਮਾਂਤਰਾਂ ਦੇ ਇਕੱਠੇ ਜਿਹੜੇ ਕਰਮ ਨੇ, ਉਹਨਾਂ ਤੋਂ ਬਣੇ ਜੋ ਸੰਸਕਾਰ ਨੇ, ਜੋ ਜਨਮ ਮਰਨ ਦਾ ਕਾਰਨ ਬਣਦੇ ਨੇ, ਉਹਨਾਂ ਤੋਂ ਵੀ ਮੁਕਤੀ, ਉਸ ਤੋਂ ਵੀ ਆਜ਼ਾਦੀ। ਫਲ ਮੋਕਸ਼ ਹੈ, ਫਲ ਮੁਕਤੀ ਹੈ। ਲੇਕਿਨ ਗ੍ਰਹਿਣ ਕਰਨ ਲੱਗਿਆਂ ਵੀ ਮਨੁੱਖ ਸੁਤੰਤਰ ਹੈ, ਆਜ਼ਾਦ ਹੈ, ਇਹਦੀ ਮਰਜ਼ੀ ਹੈ ਗੁਰਦੁਆਰੇ ਆਉਣਾ ਹੈ ਕਿ ਨਹੀਂ ਆਉਣਾ, ਇਹਦੀ ਮਰਜ਼ੀ ਹੈ ਕਿ ਜਪ ਕਰਨਾ ਹੈ ਕਿ ਨਹੀਂ ਜਪ, ਇਹਦੇ 'ਤੇ ਕੋਈ ਜਬਰ ਨਹੀਂ ਥੋਪਿਆ ਜਾ ਸਕਦਾ।
ਲੇਕਿਨ ਫਲ ਵੀ ਆਜ਼ਾਦੀ ਹੈ, ਦੁੱਖਾਂ ਤੋਂ ਆਜ਼ਾਦੀ, ਜਨਮ ਮਰਨ ਤੋਂ ਆਜ਼ਾਦੀ। ਮੁਕਤੀ ਦਾ ਮਤਲਬ ਹੈ ਆਜ਼ਾਦੀ, ਸੁਤੰਤਰਤਾ। ਤਾਂ ਮੁਖਤਸਰ ਮੈਂ ਅਰਜ਼ ਕਰਾਂ, ਇਹ ਇੱਕ ਮਨੁੱਖਾ ਜਨਮ ਮੌਕਾ ਮਿਲਿਆ ਹੈ। ਅਤੇ ਮਨੁੱਖ ਦੇ ਕੋਲ ਮਹਾਨ ਕੀ ਹੈ? ਤਨ ਨਹੀਂ। ਤਨ ਦੇ 'ਚ ਕਈ ਪਸ਼ੂ ਮਨੁੱਖ ਨਾਲੋਂ ਬਹੁਤ ਅੱਗੇ ਨੇ। ਜਿਤਨਾ ਭਾਰੀ ਭਰਕਮ ਸਰੀਰ ਹਾਥੀ ਕੋਲ ਹੈ, ਮਨੁੱਖ ਦੇ ਕੋਲ ਨਹੀਂ ਹੈ। ਜਿਤਨਾ ਖੂਬਸੂਰਤ ਜਿਸਮ ਮੋਰ ਦੇ ਕੋਲ ਹੈ, ਮਨੁੱਖ ਦੇ ਕੋਲ ਨਹੀਂ ਹੈ। ਜਿਤਨਾ ਤੇਜ਼ੀ ਨਾਲ ਹਿਰਨ ਅਤੇ ਸ਼ੇਰ ਦੌੜ ਲੈਂਦਾ ਹੈ, ਘੋੜਾ ਦੌੜ ਲੈਂਦਾ ਹੈ, ਮਨੁੱਖ ਨਹੀਂ ਦੌੜ ਸਕਦਾ। ਜਿਤਨੀ ਸੁਤੰਤਰਤਾ ਦੇ ਨਾਲ ਮੱਛੀ ਪਾਣੀ ਵਿੱਚ ਤੈਰ ਸਕਦੀ ਹੈ, ਮਨੁੱਖ ਨਹੀਂ ਤੈਰ ਸਕਦਾ। ਔਰ ਜਿਤਨੀ ਆਜ਼ਾਦੀ ਨਾਲ ਪੰਛੀ ਆਸਮਾਨ ਵਿੱਚ ਉੱਡ ਸਕਦਾ ਹੈ, ਮਨੁੱਖ ਨਹੀਂ ਉੱਡ ਸਕਦਾ। ਵੇਖਣ ਦੀ ਸ਼ਕਤੀ ਮਨੁੱਖ ਨਾਲੋਂ ਇਲ ਦੀ ਕਈ ਗੁਣਾ ਜ਼ਿਆਦਾ ਹੈ। ਬਹੁਤ ਉੱਚੀ ਹੋਵੇ, ਨਿੱਕਾ ਜਿਹਾ ਮਾਸ ਦਾ ਟੁਕੜਾ ਜ਼ਮੀਨ 'ਤੇ ਪਿਆ ਉਹਨੂੰ ਦਿਖਾਈ ਦੇ ਜਾਂਦਾ। ਸੁੰਘਣ ਸ਼ਕਤੀ ਇਹ ਨਿੱਕੀ ਜਿਹੀਆਂ ਜਿਹੜੀਆਂ ਕੀੜੀਆਂ ਨੇ ਸਾਡੇ ਨਾਲੋਂ ਜ਼ਿਆਦਾ ਰੱਖਦੀਆਂ ਨੇ। 100 ਫੁੱਟ ਦੀ ਦੂਰੀ 'ਤੇ ਕਿਧਰੇ ਘਿਓ ਅਤੇ ਸ਼ੱਕਰ ਡੁੱਲਿਆ ਪਿਆ ਹੋਵੇ, ਇਹਨਾਂ ਨੂੰ ਇੱਕਦਮ ਪਤਾ ਚੱਲ ਜਾਂਦਾ, ਫੌਰਨ ਪਹੁੰਚਦੀਆਂ ਨੇ। ਇੰਦਰੀਆਂ ਦੀ ਸ਼ਕਤੀ ਦੇ 'ਚ ਔਰ ਸਰੀਰਕ ਸ਼ਕਤੀ ਦੇ 'ਚ ਪਸ਼ੂ ਮਨੁੱਖ ਨਾਲੋਂ ਅੱਗੇ ਨੇ, ਮਨੁੱਖ ਪਿੱਛੇ। ਲੇਕਿਨ ਅਕਲ ਦੇ 'ਚ, ਸੋਚਣੀ ਦੇ 'ਚ, ਵਿਚਾਰਨ ਦੇ 'ਚ ਮਨੁੱਖ ਅੱਗੇ ਹੈ, ਪਸ਼ੂ ਪਛੜ ਗਏ ਨੇ, ਪਿੱਛੇ ਨੇ। ਇਸ ਨੂੰ ਕਹਿੰਦੇ ਨੇ ਮਨ ਦੀ ਸ਼ਕਤੀ, ਵਿਚਾਰ ਸ਼ਕਤੀ, ਸੋਚ ਸ਼ਕਤੀ। ਇਸ ਦੇ 'ਚ ਮਨੁੱਖ ਅੱਗੇ ਹੈ। ਅਗਰ ਮਨੁੱਖ ਨੇ ਸ਼ੇਰ ਨੂੰ ਪਿੰਜਰੇ ਦੇ 'ਚ ਪਾਇਆ ਹੈ, ਸਰੀਰਕ ਬਲ ਨਾਲ ਨਹੀਂ, ਅਕਲ ਦੀ ਸ਼ਕਤੀ ਨਾਲ, ਮਾਨਸਿਕ ਬਲ ਨਾਲ। ਅਗਰ ਮਨੁੱਖ ਨੇ ਹਾਥੀ ਦੇ ਸਿਰ 'ਤੇ ਅੰਕੁਸ਼ ਰੱਖ ਦਿੱਤਾ ਹੈ ਜਾਂ ਘੋੜੇ ਦੇ ਮੂੰਹ 'ਚ ਲਗਾਮ ਪਾ ਦਿੱਤੀ ਹੈ, ਸਰੀਰਕ ਬਲ ਨਾਲ ਨਹੀਂ। ਸਰੀਰਕ ਬਲ ਦੇ 'ਚ ਤਾਂ ਅੱਗੇ ਨੇ, ਇਸ ਨਾਲ ਮਾਨਸਿਕ ਬਲ ਨਾਲ। ਇੱਕ ਬਹੁਤ ਵੱਡੀ ਪਰਿਪੂਰਨ ਪਰਮਾਤਮਾ ਨੇ ਸ਼ਕਤੀ ਦਿੱਤੀ, ਸੋਚ ਸ਼ਕਤੀ, ਵਿਚਾਰ ਸ਼ਕਤੀ, ਚੇਤੇ ਸ਼ਕਤੀ, ਆਹੰ ਸ਼ਕਤੀ, ਪਸ਼ੂਆਂ ਕੋਲ ਨਹੀਂ ਹੈ। ਮਨੁੱਖ ਨੇ ਆਪਣੇ ਮਨ ਦਾ ਇਸਤੇਮਾਲ ਕਰਕੇ ਅਤੇ ਆਪਣੀ ਵਿਚਾਰ ਸ਼ਕਤੀ, ਸੋਚ ਸ਼ਕਤੀ ਨੂੰ ਵਰਤ ਕੇ ਬੜੇ ਵੱਡੇ ਵੱਡੇ ਕੰਮ ਕੀਤੇ ਨੇ ਔਰ ਜ਼ਿੰਦਗੀ ਦੇ ਬਹੁਤ ਹਿੱਸਿਆਂ ਵਿੱਚ ਉੱਨਤ ਹੋਇਆ, ਅਗਾਂਹ ਵਧਿਆ ਹੈ। ਲੇਕਿਨ ਇਸੇ ਸੋਚ ਸ਼ਕਤੀ ਨੂੰ, ਇਸੇ ਵਿਚਾਰ ਸ਼ਕਤੀ ਨੂੰ ਇਸਨੇ ਪਰਮਾਤਮਾ ਦੇ ਖਰਚ ਨਹੀਂ ਕੀਤਾ, ਧਰਮ ਬਾਰੇ ਨਹੀਂ ਸੋਚਿਆ, ਪਰਮਾਤਮਾ ਬਾਰੇ ਨਹੀਂ ਸੋਚਿਆ ਔਰ ਨਾ ਹੀ ਉਸ ਨੂੰ ਚੇਤੇ ਕੀਤਾ। ਇਹੀ ਕਾਰਨ ਹੈ ਕਿ ਮਨੁੱਖ ਨੂੰ ਸੰਸਾਰ ਦੀ ਬਹੁਤ ਕੁਝ ਸਮਝ ਹੈ, ਨਿਰੰਕਾਰ ਦਾ ਕੋਈ ਬੋਧ ਨਹੀਂ ਹੈ। ਪਦਾਰਥਾਂ ਦੀ ਬਹੁਤ ਵੱਡੀ ਸਮਝ ਹੈ, ਪਰਮਾਤਮਾ ਦਾ ਕੋਈ ਗਿਆਨ ਨਹੀਂ ਹੈ, ਇਸ ਬਾਰੇ ਸੋਚਿਆ ਹੀ ਨਹੀਂ। ਮਹਾਰਾਜ ਕਹਿੰਦੇ ਨੇ ਉਰਧਾਰ ਵਿਚਾਰ ਮੁਰਾਰ ਰਮੋਰਮ, ਬੜਾ ਕੀਮਤੀ ਵਾਕ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ। ਉਰਧਾਰ ਵਿਚਾਰ ਮੁਰਾਰ
ਰਮੋਰਮ ਮਨਮੋਹਨ ਨਾਮ ਜਪੇਨੇ। ਤੂੰ ਵਿਚਾਰ ਕਰ ਔਰ ਸਿਰਫ ਸੋਚ ਹੀ ਨਾ, ਵਿਚਾਰ ਹੀ ਨਾ ਕਰ, ਉਸਨੂੰ ਚੇਤੇ ਵੀ ਰੱਖ। ਕਿਸ ਨੂੰ? ਮਨਮੋਹਨ ਨੂੰ, ਜੋ ਮਨ ਨੂੰ ਮੋਹ ਲੈਂਦਾ ਹੈ, ਅਤੀ ਸੁੰਦਰ ਹੈ। ਪਰਮਾਤਮਾ ਦੇ ਤਿੰਨ ਗੁਣਾਂ ਦੇ ਚੋਂ ਇੱਕ ਗੁਣ ਹੈ ਸੁਅੱਪਣ ਵੀ। ਸਤ ਸੁਹਾਣ ਸਦਾ ਮਨ ਚਾਓ, ਉਹ ਸਤ ਹੈ, ਸਦੀਵੀ ਹੈ, ਹੋਂਦ ਵਾਲਾ ਹੈ। ਸਦਾ ਮਨ ਚਾਓ, ਉਹ ਸਦੀਵੀ ਖਿੜਿਆ ਹੋਇਆ, ਆਨੰਦ ਸਰੂਪ ਹੈ। ਪਰ ਸੁਹਾਣ ਉਹ ਅਤਿ ਸੁੰਦਰ ਹੈ, ਅਤਿਅੰਤ ਸੁੰਦਰ ਹੈ, ਇਸੇ ਕਰਕੇ ਮਨਮੋਹਨ ਹੈ। ਇਹਨੂੰ ਪੁਰਾਣੇ ਉਪਨਿਸ਼ਦਾਂ ਦੇ ਰਿਸ਼ੀਆਂ ਨੇ ਕਿਹਾ ਸੀ, ਸਤਿਅਮ ਸ਼ਿਵਮ ਸੁੰਦਰਮ। ਤੂੰ ਸੱਤ ਹੈ, ਸ਼ਿਵਮ ਤੂੰ ਪ੍ਰਕਾਸ਼ਮਾਨ ਹੈ, ਸੁੰਦਰਮ ਤੂੰ ਅਤਿ ਸੁੰਦਰ ਹੈ। ਤੂੰ ਸੁੰਦਰਤਾ ਦਾ ਸੋਮ ਹੈ, ਅਤੇ ਜਦ ਇਤਨਾ ਸੁੰਦਰ ਹੈ, ਐਸੋ ਸੁੰਦਰ ਵਰਨ ਨਾ ਸਾਕੋ, ਤਾਂ ਕਿ ਉਪਮਾ ਜਾਤ ਨਾ ਕਹੋਰੀ। ਗੁਰੂ ਅਰਜਨ ਦੇਵ ਜੀ, ਇਤਨਾ ਸੁੰਦਰ ਜਿਸ ਨੂੰ ਮੈਂ ਆਪਣੀ ਰਸਨਾ ਨਾਲ ਬਿਆਨ ਵੀ ਨਹੀਂ ਕਰ ਸਕਦਾ, ਐਸੋ ਸੁੰਦਰ ਵਰਨ ਨਾ ਸਾਕੋ, ਤਾਂ ਕਿ ਉਪਮਾ ਜਾਤ ਨਾ ਕਹੋਰੀ। ਤੂੰ ਐਸਾ ਜੋ ਮਨ ਨੂੰ ਮੋਹ ਲੈਣ ਵਾਲਾ ਹੈ, ਉਰਧਾਰ ਆਪਣੇ ਹਿਰਦੇ ਦੇ ਵਿੱਚ, ਉਸ ਨੂੰ ਧਾਰਨ ਕਰ, ਵਿਚਾਰ, ਉਹਦੀ ਵਿਚਾਰ, ਉਹਦੇ ਬਾਰੇ ਸੋਚ। ਉਹ ਜੋ ਰਮਿਆ ਹੋਇਆ ਉਹਦੇ ਬਾਰੇ ਸੋਚ। ਸੋਚਿਆ ਮਨੁੱਖ ਨੇ ਬੜਾ ਹੈ, ਔਰ ਜਿਸ ਜਿਸ ਪਾਸੇ ਸੋਚਿਆ ਉਸ ਪਾਸੇ ਅੱਗੇ ਵੀ ਵਧਿਆ। ਨਹੀਂ ਸੋਚਿਆ ਮਨੁੱਖ ਨੇ ਧਰਮ ਬਾਰੇ, ਨਹੀਂ ਵਿਚਾਰ ਕੀਤੀ ਇਸਨੇ ਪਰਮਾਤਮਾ ਬਾਰੇ, ਨਹੀਂ ਚਿੰਤਨ ਕੀਤਾ ਇਸਨੇ ਧਰਮ ਦਾ। ਇਹੀ ਕਾਰਨ ਹੈ ਕਿ ਜ਼ਿੰਦਗੀ ਦੇ ਹਰ ਪਾਸੋਂ ਮਨੁੱਖ ਅੱਗੇ ਵਧਿਆ ਹੈ, ਅਗਰ ਪਛੜਿਆ ਤਾਂ ਸਿਰਫ ਧਰਮ ਦੀ ਦੁਨੀਆ, ਬਾਕੀ ਹਰ ਪਾਸੇ ਅੱਗੇ ਵਧੇ ਹੈ। ਇਸ ਵਕਤ ਕਲਾ ਵਿੱਚ ਲੋਕ ਬਹੁਤ ਅੱਗੇ ਵਧੇ ਨੇ, ਬੜੇ ਬੜੇ ਕਲਾਕਾਰ ਮੌਜੂਦ ਨੇ। ਵਿਗਿਆਨ ਵਿੱਚ ਮਨੁੱਖ ਬਹੁਤ ਅੱਗੇ ਵਧੇ ਹੈ, ਬੜੇ ਬੜੇ ਸਾਇੰਟਿਸਟ ਮੌਜੂਦ ਨੇ। ਧਨ ਵਿੱਚ ਮਨੁੱਖ ਬਹੁਤ ਅੱਗੇ ਵਧੇ ਹੈ, ਬੜੇ ਬੜੇ ਧਨਵਾਨ ਮੌਜੂਦ ਨੇ। ਧਰਮ ਵਿੱਚ ਬਿਲਕੁਲ ਮਨੁੱਖ ਪਛੜਿਆ ਹੈ, ਤਾਂ ਭਗਤ ਤੇ ਕਿਧਰੇ ਕਿਧਰੇ, ਬ੍ਰਹਮ ਗਿਆਨੀ ਤੇ ਕਿਧਰੇ ਕਿਧਰੇ, ਸੰਤ ਤੇ ਕਿਧਰੇ ਕਿਧਰੇ। ਹਰ ਦੇਸ਼ ਵਿੱਚ ਨਹੀਂ, ਹਰ ਸ਼ਹਿਰ ਵਿੱਚ ਨਹੀਂ, ਪਛੜਿਆ ਮਨੁੱਖ ਬਹੁਤ ਪਛੜਿਆ। ਔਰ ਬਦਕਿਸਮਤੀ ਕਿ ਧਰਮ ਮੰਦਰਾਂ ਵਿੱਚ ਵੀ ਆਉਂਦਾ ਹੈ, ਪਰਮਾਤਮਾ ਨੂੰ ਨਹੀਂ ਸੋਚਦਾ, ਆਪਣੀ ਦੁਨੀਆ ਦੀ ਸੋਚ। ਜੇ ਧਰਮ ਮੰਦਰ ਵਿੱਚ ਵੀ ਆਉਂਦਾ ਹੈ ਤਾਂ ਧਰਮ ਦੀ ਸੂਝ ਸਮਝ ਲਈ ਨਹੀਂ, ਬਲਕਿ ਕੁਛ ਦੁਨਿਆਵੀ ਮੰਗਾਂ ਇਸ ਨੂੰ ਮਜਬੂਰ ਕਰਕੇ ਇੱਥੇ ਲਿਆਉਂਦੀਆਂ ਨੇ, ਵਰਨਾ ਇਸ ਦੇ ਅੰਦਰ ਕੋਈ ਬਹੁਤ ਪ੍ਰਬਲ ਚਾਹਤ ਨਹੀਂ ਹੈ। ਉਂਝ ਇੱਕ ਮੌਕਾ ਹੈ ਕਿ ਮਨੁੱਖ ਪਰਮਾਤਮਾ ਦਾ ਸਰੂਪ ਹੋ ਸਕਦਾ ਹੈ, ਇੱਕ ਮੌਕਾ ਹੈ। ਇਹ ਭਗਵਾਨ ਵੀ ਹੋ ਸਕਦਾ ਹੈ, ਅਗਰ ਨਾ ਹੋਇਆ ਤਾਂ ਗੁਸਤਾਖੀ ਮਾਫ ਸ਼ੈਤਾਨ ਹੋ ਹੀ ਜਾਏਗਾ। ਅਗਰ ਦੁੱਧ ਨੂੰ ਗਰਮ ਕਰਕੇ ਉਸਨੂੰ ਜਮਾਇਆ ਨਹੀਂ ਗਿਆ, ਉਹਨੂੰ ਰਿੜਕਿਆ ਨਹੀਂ ਗਿਆ, ਉਹਦਾ ਮੱਖਣ ਨਹੀਂ ਬਣਾਇਆ ਗਿਆ, ਘਿਓ ਨਹੀਂ ਬਣਾਇਆ ਗਿਆ, ਤਾਂ ਪਿਆ ਪਿਆ ਇੱਕ ਦਿਨ ਤਾਂ ਫਟ ਜਾਏਗਾ।
ਆਪਣੇ ਆਪ ਇੱਕ ਦਿਨ ਪਿਆ ਪਿਆ ਫਟ ਜਾਏਗਾ, ਆਪਣੇ ਆਪ ਗਿਓ ਨਹੀਂ ਬਣੇਗਾ। ਮਨੁੱਖ ਇੱਕ ਦਿਨ ਆਪਣੇ ਆਪ ਸ਼ੈਤਾਨ ਬਣ ਜਾਏਗਾ, ਆਪਣੇ ਆਪ ਭਗਵਾਨ ਨਹੀਂ ਬਣ ਸਕੇਗਾ। ਕੋਈ ਸਾਧਨਾ ਕਰਨੀ ਪਏਗੀ। ਜੈਸੇ ਦੁੱਧ ਨੂੰ ਕੁਝ ਤਪਸ਼ ਤੋਂ ਲੰਘਣਾ ਪੈਂਦਾ ਹੈ, ਤਪਣਾ ਪੈਂਦਾ ਹੈ, ਕੁਝ ਉਸਨੂੰ ਜਵਾਉਣਾ ਪੈਂਦਾ ਹੈ, ਫਿਰ ਰਿੜਕਣਾ ਪੈਂਦਾ ਹੈ ਤਾਂ ਕਿਧਰੇ ਜਾ ਕੇ ਉਹ ਗਿਓ ਬਣਦਾ ਹੈ। ਪਰ ਪਿਆ ਪਿਆ ਉਹ ਆਪਣੇ ਆਪ ਫਟ ਸਕਦਾ ਹੈ। ਅਗਰ ਮਨੁੱਖ ਨੇ ਜਪ ਤਪ ਨਾ ਕੀਤਾ, ਧਿਆਨ ਸਾਧਨਾ ਨਾ ਕੀਤੀ, ਉਸ ਪਰਮ ਸ਼ਕਤੀ ਦਾ ਚਿੰਤਨ ਨਾ ਕੀਤਾ, ਤਾਂ ਭਗਵਾਨ ਹੋਣਾ ਤਾਂ ਔਖਾ ਹੋ ਜਾਏਗਾ, ਸ਼ੈਤਾਨ ਬਣ ਜਾਏਗਾ, ਗੁਸਤਾਖੀ ਬਾਤ। ਸਾਰੀ ਦੁਨੀਆਂ ਵਿੱਚ ਸ਼ੈਤਾਨੀਅਤ ਇਤਨੀ ਵਧੀ ਹੈ, ਅੱਜ ਮਨੁੱਖ ਪਸ਼ੂਆਂ ਤੋਂ ਨਹੀਂ ਡਰਦਾ, ਅੱਜ ਮਨੁੱਖ ਮਨੁੱਖ ਤੋਂ ਡਰਿਆ ਹੋਇਆ ਹੈ, ਅੱਜ ਬੰਦਾ ਬੰਦੇ ਤੋਂ ਡਰਿਆ ਹੋਇਆ ਹੈ। ਪਤਾ ਨਹੀਂ ਕੀ ਕਰ ਗੁਜ਼ਰੇ, ਉਹ ਜ਼ਮਾਨੇ ਲੰਘ ਗਏ ਜਦ ਮਨੁੱਖ ਨੂੰ ਵੇਖ ਕੇ ਭਰੋਸਾ ਬਚ ਜਾਂਦਾ ਸੀ, ਜਦ ਮਨੁੱਖ ਨੂੰ ਵੇਖ ਕੇ ਨਿਸ਼ਚਾ ਹੋ ਜਾਂਦਾ ਸੀ, ਠੀਕ ਹੈ ਆਖਿਰ ਮਨੁੱਖ ਹੈ ਕੋਈ ਪਸ਼ੂ ਥੋੜ੍ਹੀ ਹੈ। ਅੱਜ ਨਹੀਂ, ਮਨੁੱਖ ਬਹੁਤ ਖਤਰਨਾਕ ਹੋ ਗਿਆ। ਕਾਰਨ ਇਹਨੇ ਪਰਮਾਤਮਾ ਬਾਰੇ ਸੋਚਿਆ ਹੀ ਨਹੀਂ। ਅਗਰ ਈਸ਼ਵਰ ਬਾਰੇ ਸੋਚਦਾ ਤਾਂ ਇਹਦੀ ਅਕਲ ਬੜੀ ਬਾਰੀਕ ਹੋ ਜਾਣੀ ਸੀ। ਇਹਨੇ ਸਿਰਫ ਸੰਸਾਰ ਬਾਰੇ ਸੋਚਿਆ, ਅਕਲ ਬੜੀ ਮੋਟੀ ਹੋ ਗਈ ਹੈ। ਔਰ ਇਸ ਚੱਕਰ 'ਚ ਨਾ ਪੈਣਾ, ਕੋਈ ਸੰਸਾਰ ਵਿੱਚ ਬਹੁਤ ਅੱਗੇ ਵੱਧ ਗਿਆ, ਬੜਾ ਸ਼ਕਤੀਸ਼ਾਲੀ ਹੋ ਗਿਆ, ਚੋਟੀ ਦਾ ਧਨਵਾਨ ਹੋ ਗਿਆ, ਤਾਂ ਇਹ ਚੋਟੀ ਦਾ ਅਕਲਮੰਦ ਵੀ ਹੋਵੇਗਾ? ਕਦੇ ਹੀ ਨਹੀਂ, ਬਿਲਕੁਲ ਨਹੀਂ ਹੋਵੇਗਾ। ਅਕਲ ਬਹੁਤ ਮੋਟੀ ਹੋਵੇਗੀ, ਕਿਉਂਕਿ ਬਾਰੀਕ ਪਰਿਪੂਰਨ ਪਰਮਾਤਮਾ ਜੋ ਅਤੀ ਸੂਕਸ਼ਮ ਹੈ, ਉਹਨੂੰ ਸੋਚਣ ਲਈ ਇਹਦੇ ਕੋਲ ਵਕਤ ਹੀ ਨਹੀਂ ਹੈ। ਉਹਨੂੰ ਆਪਣੇ ਵਿਚਾਰ ਮੰਡਲ ਵਿੱਚ ਲਿਆ ਸਕੇ, ਇਹਦੇ ਕੋਲ ਸਮਾਂ ਹੀ ਨਹੀਂ ਹੈ, ਇਹਦੇ ਕੋਲ ਵਕਤ ਹੀ ਨਹੀਂ ਹੈ। ਮਨੁੱਖ ਨੂੰ ਪਰਿਪੂਰਨ ਪਰਮਾਤਮਾ ਨੇ ਜੇ ਇਹ ਮਨ ਦਿੱਤਾ ਹੈ, ਇਸੇ ਵਿੱਚ ਇਹ ਪਰਮ ਸ਼ਕਤੀ ਪ੍ਰਗਟ ਹੋ ਸਕਦੀ ਹੈ, ਪਰਮ ਆਨੰਦ ਪ੍ਰਗਟ ਹੋ ਸਕਦਾ ਹੈ, ਪਰਮ ਖੇੜਾ ਪ੍ਰਗਟ ਹੋ ਸਕਦਾ ਹੈ। ਇੱਕ ਅਵਸਰ, ਇੱਕ ਮੌਕਾ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇੱਕ ਮੌਕਾ, ਇੱਕ ਅਵਸਰ, ਇਹੀ ਤੇਰੀ ਅਵਸਰ, ਇਹੀ ਤੇਰੀ ਬਾਰ, ਘਟ ਵੀ ਤਰ ਤੂੰ ਦੇਖ ਵਿਚਾਰ। ਇਸ ਸਮੇਂ ਨੂੰ, ਇਸ ਮਨੁੱਖ ਦੇਹੀ ਨੂੰ, ਕਿਉਂਕਿ ਇਸ ਦੇ ਅੰਦਰ ਇੱਕ ਬੜੀ ਪ੍ਰਬਲ ਸ਼ਕਤੀ ਹੈ ਮਨ, ਮਹਾਰਾਜ ਕਹਿੰਦੇ ਨੇ ਤਾਂ ਇੱਕ ਜ਼ੀਨਾ ਮਿਲਿਆ ਹੈ ਸੰਸਾਰ ਤੋਂ ਉੱਠ ਕੇ ਨਿਰੰਕਾਰ ਤੱਕ ਪਹੁੰਚਣ ਦਾ, ਪਦਾਰਥ ਤੋਂ ਉੱਠ ਕੇ ਪਰਮਾਤਮਾ ਤੱਕ ਪਹੁੰਚਣ ਦਾ, ਅੰਧਕਾਰ ਤੋਂ ਉੱਠ ਕੇ ਪਰਮ ਪ੍ਰਕਾਸ਼ ਤੱਕ ਪਹੁੰਚਣ ਦਾ ਇੱਕ ਜ਼ੀਨਾ ਮਿਲਿਆ, ਇੱਕ ਪੌੜੀ ਮਿਲੀ ਹੈ। ਪਰ ਪੌੜੀ ਦੋ ਕੰਮ ਆਉਂਦੀ ਹੈ, ਚੜ੍ਹਨ ਦੇ ਅਤੇ ਲੈਣ ਦੇ ਵੀ, ਉਤਰਨ ਦੇ ਵੀ। ਸਾਹਿਬ ਕਹਿੰਦੇ ਨੇ ਪੌੜੀ ਤੈਨੂੰ ਮਿਲੀ ਹੈ, ਤੂੰ ਪਦਾਰਥਾਂ ਤੋਂ ਉੱਚਾ ਉੱਠ ਕੇ ਪਰਮਾਤਮਾ ਤੱਕ ਪਹੁੰਚ ਸਕੇ, ਸੰਸਾਰ ਤੋਂ ਉੱਚਾ ਉੱਠ ਕੇ ਨਿਰੰਕਾਰ ਤੱਕ ਪਹੁੰਚ ਸਕੇ। ਪਰ ਜੇ ਤੂੰ ਐਸਾ ਨਾ ਕੀਤਾ ਤਾਂ ਇਸ ਪੌੜੀ 'ਤੇ ਜੋ ਨਰ ਚੂਕੇ ਸੋ ਆਏ ਜਾਏ ਦੁੱਖ ਪਾਏਂਦਾ। ਇਹ ਪੌੜੀ ਮੁੜ ਮੁੜ ਕੇ ਨਹੀਂ ਮਿਲਣੀ, ਬਾਰ ਬਾਰ ਨਹੀਂ ਮਿਲੇਗੀ।
ਇਹੀ ਤੇਰੀ ਅਵਸਰ, ਇਹੀ ਤੇਰੀ ਬਾਰ, ਇੱਕ ਮੌਕਾ ਹੈ, ਤੇਰੀ ਮਰਜ਼ੀ ਹੈ ਜੇ ਚੜ੍ਹ। ਚੜ੍ਹਨਾ ਕਠਿਨ ਹੋ ਜਾਂਦਾ ਹੈ, ਸਰੀਰਕ ਤੌਰ 'ਤੇ ਕਿਸੇ ਪੌੜੀ 'ਤੇ ਚੜ੍ਹਨਾ ਹੋਵੇ ਸਰੀਰ ਲਈ ਕਠਿਨਾਈ ਹੋ ਜਾਂਦੀ ਹੈ, ਖਾਸ ਕਰਕੇ ਸਰੀਰ ਕਮਜ਼ੋਰ ਹੋਵੇ, ਸਰੀਰ ਬਿਰਧ ਹੋਵੇ। ਔਰ ਸੁਰਤ ਨੂੰ ਵੀ ਪਦਾਰਥਾਂ ਤੋਂ ਉੱਪਰ ਚੁੱਕ ਕੇ ਪਰਮਾਤਮਾ ਤੱਕ ਲੈਣਾ ਹੋਵੇ, ਲੈ ਜਾਣਾ ਹੋਵੇ, ਉਠਾਉਣਾ ਹੋਵੇ, ਤੇ ਸੁਰਤ ਕਮਜ਼ੋਰ ਹੋਵੇ, ਸੁਰਤ ਬਿਮਾਰ ਹੋਵੇ, ਉਹਦੇ ਲਈ ਵੀ ਉੱਪਰ ਉੱਠਣਾ ਔਖਾ ਹੋ ਜਾਂਦਾ ਹੈ, ਸੁਰਤ ਥੱਲੇ ਹੀ ਜਾਂਦੀ ਹੈ, ਥੱਲੇ ਗਿਰਦੀ ਹੈ। ਤਾਂ ਸਾਹਿਬ ਕਹਿੰਦੇ ਨੇ ਪੌੜੀ ਬਾਰ ਬਾਰ ਨਹੀਂ ਮਿਲਣੀ, ਇਸ ਪੌੜੀ 'ਤੇ ਜੋ ਨਰ ਚੂਕੇ ਸੋ ਆਏ ਜਾਏ ਦੁੱਖ ਪਾਏ ਦਾ। ਫਿਰ ਪਾਤਸ਼ਾਹ ਦੀ ਬਾਣੀ ਕਹਿੰਦੀ ਹੈ, ਐਸਾ ਇੱਕ ਬੀਜ ਤੈਨੂੰ ਦਿੱਤਾ ਹੈ ਪਰਿਪੂਰਨ ਪਰਮਾਤਮਾ ਨੇ, ਜਿਸ ਬੀਜ ਦੇ ਵਿੱਚੋਂ ਹੀ ਪਰਮਾਤਮਾ ਦਾ ਪ੍ਰਕਾਸ਼ ਪ੍ਰਗਟ ਹੋ ਸਕਦਾ ਹੈ, ਉਹ ਬੀਜ ਤੇਰੇ ਕੋਲ ਹੈ। ਪਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਮਨੁੱਖ ਨੇ ਉਸ ਬੀਜ ਨੂੰ ਦੁਹਾੜ ਕਰ ਦਿੱਤਾ ਹੈ। ਬੀਜ ਨੂੰ ਦੁਹਾੜ ਕਰ ਦੇਈਏ ਕੀ ਹੋ ਜਾਂਦਾ ਹੈ, ਦਾਲ। ਹੋਰ ਬਹੁਤਾ ਦਲ ਦੇਈਏ ਤੇ ਕੀ ਬਣ ਜਾਂਦਾ, ਦਲੀਆ। ਤੇ ਹੋਰ ਬਹੁਤਾ ਦਲ ਦੇਈਏ ਤੇ ਬਣ ਜਾਂਦਾ ਆਟਾ। ਅਗਰ ਕੋਈ ਇਹ ਆਖੇ ਕਿ ਮੈਂ ਚਣਿਆਂ ਦੀ ਥਾਂ ਤੇ ਚਣਿਆਂ ਦੀ ਦਾਲ ਬੀਜਦਾ, ਤੂੰ ਬੀਜ ਲੈ, ਸਾਰੀ ਜ਼ਾਇਆ ਚਲੀ ਜਾਏਗੀ, ਉੱਗੇਗੀ ਨਹੀਂ, ਕਿਉਂਕਿ ਬੀਜ ਦੁਫਾੜ ਹੋ ਗਿਆ। ਕੋਈ ਵੀ ਬੀਜ ਦੁਫਾੜ ਹੋ ਜਾਏ ਨਹੀਂ ਉੱਗਦਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਬੀਓ ਬੀਜ ਪਤ ਲੈ ਗਏ ਅਬ ਕਿਉਂ ਉੱਗਵੇ ਦਾਲ। ਹੁਣ ਦਾਲ ਕਿਵੇਂ ਉੱਗੇਗੀ, ਮਨੁੱਖਾਂ ਕੋਲ ਸਾਬਤ ਬੀਜ ਨਹੀਂ ਹੈ। ਔਰ ਭਗਤ ਕਬੀਰ ਕਹਿੰਦੇ ਨੇ, ਜਾਂ ਕਿ ਦਿਲ ਸਾਬਤ ਨਹੀਂ ਤਾਂ ਕੋ ਕਹਾਂ ਖੁਦਾ ਹੈ। ਜਿਹਦਾ ਦਿਲ ਹੀ ਸਾਬਤ ਨਹੀਂ, ਜਿਹਦਾ ਮਨ ਹੀ ਸਾਬਤ ਨਹੀਂ, ਇੱਕ ਨਹੀਂ, ਉਹਨੂੰ ਰੱਬ ਕਿੱਥੇ, ਉਹਨੂੰ ਪਰਮਾਤਮਾ ਕਿੱਥੇ। ਮਨੁੱਖ ਦੇ ਕੋਲੋਂ ਪਰਮਾਤਮਾ ਪ੍ਰਤੀ ਜਿਹੜਾ ਮਨ ਹੈ ਉਹ ਦੁਫਾੜ ਹੈ, ਦਾਲ ਹੈ, ਦੁਬਦਾ। ਅੰਦਰ ਸ਼ਰਧਾ ਵੀ ਹੈ, ਅੰਦਰ ਸ਼ੱਕ ਵੀ ਹੈ, ਦੁਬਦਾ, ਦਾਲ, ਮਨ ਸਾਬਤ ਨਹੀਂ ਹੈ। ਸ਼ਰਧਾ ਹੈ, ਗੁਰਦੁਆਰੇ ਆ ਗਿਆ, ਪਰ ਗੁਰੂ ਦੀ ਹਰ ਗੱਲ ਮੰਨੀ ਨਹੀਂ ਜਾ ਸਕਦੀ, ਸ਼ੱਕ ਵੀ ਹੈ, ਦੁਫਾੜ। ਕੌਣ ਗੁਰੂ ਦੀ ਗੱਲ ਮੰਨਦਾ ਹੈ। ਆ ਗਿਆ ਸ਼ਰਧਾ, ਇਸ ਨੂੰ ਲੈ ਆਈ ਹੈ, ਪਰ ਅੰਦਰ ਸ਼ੱਕ ਵੀ ਹੈ, ਗੁਰੂ ਦੀ ਹਰ ਗੱਲ ਕਿਸ ਤਰ੍ਹਾਂ ਮੰਨ ਲਈਏ। ਪਰ ਜੇ ਮੰਨਣਾ ਹੀ ਨਹੀਂ ਤੇ ਸੁਣਨਾ ਸਾਰਾ ਵਿਅਰਥ ਚਲਾ ਗਿਆ। ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੇ, ਜਿਨ ਸਤਿਗੁਰ ਕੀ ਆ ਗਿਆ ਸਤ ਸਤ ਕਰਮਾਨੀ। ਧਾਰਮਿਕ ਅਭਿਆਸੀ ਪੁਰਸ਼ ਕਹਿੰਦੇ ਨੇ, ਇਸ ਦੌਰ ਦੇ ਵਿੱਚ ਮਨੁੱਖ ਦੇ ਕੋਲ ਜਿਤਨੀ ਸ਼ਰਧਾ ਹੈ ਉਤਨਾ ਹੀ ਸ਼ੱਕ ਹੈ, ਬਰਾਬਰ ਹੈ। ਇਹੀ ਕਾਰਨ ਹੈ ਕਿ ਸਾਰੀ ਦੁਨੀਆਂ ਦੇ ਵਿੱਚ ਧਾਰਮਿਕ ਉੱਨਤੀ ਨਹੀਂ ਹੋ ਰਹੀ, ਕਿਧਰੇ ਵੀ ਨਹੀਂ ਹੋ ਰਹੀ।
ਮਸਜਿਦਾਂ ਨਵੀਆਂ ਬਣ ਰਹੀਆਂ ਨੇ, ਮੰਦਰ ਬੜੇ ਖੂਬਸੂਰਤ ਬਣ ਰਹੇ ਨੇ, ਗੁਰਦੁਆਰੇ ਨਵੇਂ ਤੋਂ ਨਵੇਂ ਬਣ ਰਹੇ ਨੇ, ਮਨੁੱਖੀ ਜ਼ਿੰਦਗੀ ਵਿੱਚ ਧਾਰਮਿਕ ਉੱਨਤੀ ਨਹੀਂ ਹੋ ਰਹੀ। ਨਵੇਂ ਤੋਂ ਨਵੇਂ ਧਾਰਮਿਕ ਮੰਦਰ ਜ਼ਰੂਰ ਬਣ ਰਹੇ ਨੇ, ਜੀਵਨ ਵਿੱਚ ਧਰਮ ਉਦੇ ਨਹੀਂ ਹੋ ਰਿਹਾ, ਪ੍ਰਗਟ ਨਹੀਂ ਹੋ ਰਿਹਾ। ਕਾਰਨ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਬੀਓ ਬੀਜ ਪਤ ਲੈ ਗਏ ਅਬ ਕਿਉਂ ਉਗਵੇ ਦਾਲ। ਬੀਜਣ ਵਾਲੇ ਬੀਜ ਕੇ ਪਰਮ ਆਨੰਦ ਮਾਣ ਕੇ ਚਲੇ ਗਏ, ਹੁਣ ਤੇ ਬੰਦਿਆਂ ਕੋਲ ਦਾਲ ਹੈ ਤੇ ਦਾਲ ਕਿਵੇਂ ਉੱਗੇਗੀ। ਬੜਾ ਇਹ ਕੀਮਤੀ ਵਾਕ ਹੈ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ। ਤੁਸੀਂ ਕਿਸੇ ਵੀ ਬੀਜ ਨੂੰ ਦਾਲ ਕਰ ਦਿਓ, ਦੁਫਾੜ ਕਰ ਦਿਓ ਤੇ ਉਸਨੂੰ ਬੋਵੋ, ਨਹੀਂ ਉੱਗੇਗਾ। ਅਬ ਕਿਉਂ ਉਗਵੇ ਦਾਲ, ਕਿਉਂਕਿ ਦਾਸ ਪਿੱਛੇ ਕਿਸਾਨ ਘਰਾਣੇ ਨਾਲੋਂ ਤਲਕ ਰੱਖਦਾ ਹੈ ਔਰ ਥੋੜ੍ਹਾ ਬਹੁਤ ਇਸਦਾ ਜੋ ਹੈ ਦਾਸ ਨੂੰ ਬੋਧ ਹੈ। ਕਿਧਰੇ ਇਸ ਸੰਬੰਧੀ ਤਰਾਈ ਦੇ ਇਲਾਕੇ ਵਿੱਚ ਕਿਸੇ ਨੇ ਟੇਪ ਸੁਣੀ ਹੋਣੀ ਹੈ ਇਸ ਵਿਚਾਰ ਦੀ, ਤਾਂ ਉੱਥੋਂ ਦਾ ਇੱਕ ਮੁਖੀ ਜਥੇਦਾਰ ਦਾਸ ਨਾਲ ਵਿਚਾਰ ਵਟਾਂਦਰਾ ਕਰਨ ਨਾਲ ਆਇਆ ਹੈ। ਤਰਾਈ ਦਾ ਇਲਾਕਾ ਜਿਹਨੂੰ ਮਿੰਨੀ ਪੰਜਾਬ ਕਹਿੰਦੇ ਨੇ, ਬਹੁਤ ਸਿੰਘ ਨੇ ਉੱਥੇ, ਬੜੀ ਜ਼ਰਖੈਜ਼ ਜ਼ਮੀਨ ਹੈ ਔਰ ਉੱਥੋਂ ਦੇ ਸਿੱਖ ਕਾਫੀ ਦਨਾੜ ਨੇ ਤਰਾਈ ਦੇ ਇਲਾਕੇ ਦੇ। ਮੈਨੂੰ ਕਹਿਣ ਲੱਗਾ, ਗਹਿਣੀ ਜੀ ਸਾਡੀ ਫਸਲ ਆਉਂਦੀ ਹੈ ਧਨੀਏ ਦੀ, ਅਸੀਂ ਧਨੀਆ ਬੀਜਦੇ ਹਾਂ ਔਰ ਕਰੀਬਨ ਕਰੀਬਨ ਅਸੀਂ ਤਿੰਨ ਫਸਲਾਂ ਚੁੱਕਦੇ ਹਾਂ ਧਨੀਏ ਦੀਆਂ, ਇਹੀ ਕੰਮ ਕਰਦੇ ਹਾਂ ਅਤੇ ਧਨੀਆ ਤਾਂ ਅਸੀਂ ਦੁਫਾੜ ਕਰ ਲੈਂਦੇ ਹੁੰਦੇ ਹਾਂ, ਮੱਲ ਲੈਂਦੇ ਹੁੰਦੇ ਹਾਂ, ਫਿਰ ਬੀਜਦੇ ਹਾਂ, ਫਿਰ ਬੋਂਦੇ ਹਾਂ। ਅਤੇ ਗੁਰੂ ਨਾਨਕ ਦਾ ਇਹ ਵਾਕ ਅਬ ਕਿਉਂ ਉਗਵੇ ਦਾਲ, ਅਤੇ ਤੁਹਾਡੀ ਇਹ ਵਿਆਖਿਆ ਇਸ ਬੀਜ 'ਤੇ ਪੂਰੀ ਨਹੀਂ ਉਤਰਦੀ, ਇਸ ਧਨੀਏ ਦੇ ਬੀਜ 'ਤੇ ਪੂਰੀ ਨਹੀਂ ਉਤਰਦੀ। ਇਹ ਤਾਂ ਅਸੀਂ ਦਲ ਛੱਡਦੇ ਹਾਂ ਅਤੇ ਫਿਰ ਬੋਂਦੇ ਹਾਂ ਅਤੇ ਉੱਗਦਾ, ਬੜਾ ਸ਼ਾਨਦਾਰ ਉੱਗਦਾ। ਤਾਂ ਫਿਰ ਇਹ ਪੰਕਤੀ, ਅਬ ਕਿਉਂ ਉਗਵੇ ਦਾਲ, ਦਾਲ ਕਿਵੇਂ ਉੱਗੇਗੀ, ਦਾਲ ਕਿਵੇਂ ਪੈਦਾ ਹੋਏਗੀ। ਮੈਂ ਉਸਨੂੰ ਆਖਿਆ, ਮਿੱਤਰਾ ਮੈਂ ਵੀ ਪਿੱਛੋਂ ਕਿਸਾਨ ਘਰਾਣੇ ਨਾਲ ਤਾਲੁਕ ਰੱਖਦਾ, ਜਿਹੜਾ ਧਨੀਆ ਮਸਲਿਆ ਜਾਂਦਾ ਹੈ ਇਹ ਬੀਜ ਦਾ ਖੌਲ ਹੈ, ਬੀਜ ਅੰਦਰ ਹੈ ਨਿੱਕੀ ਜਿਹੀ ਡੋਡੀ, ਉਹ ਬੀਜ ਹੈ ਜਿਸ ਨੂੰ ਤੁਸੀਂ ਮਸਲ ਕੇ ਦੁਫਾੜ ਕਰ ਦਿੰਦੇ ਹੋ, ਇਹ ਬੀਜ ਨਹੀਂ ਹੈ। ਇਸ ਦੇ ਅੰਦਰ ਜਿਹੜੀ ਛੋਟੀ ਜਿਹੀ ਡੋਡੀ ਹੈ ਬਸ ਉਹੀ ਧਨੀਏ ਦਾ ਬੀਜ ਹੈ, ਉਸ ਦੇ 'ਚੋਂ ਧਨੀਆ ਉੱਗਦਾ ਹੈ। ਮੈਨੂੰ ਕਹਿਣ ਲੱਗੇ, ਇਸ ਢੰਗ ਨਾਲ ਅਸੀਂ ਸੋਚਿਆ ਨਹੀਂ ਸੀ। ਮੈਂ ਕਿਹਾ ਹੁਣ ਸੋਚਣਾ, ਅੰਕੁਰ ਉਸੇ ਦੇ 'ਚੋਂ ਫੁੱਟਦਾ, ਉਹੀ ਬੀਜ ਹੈ, ਬਾਕੀ ਤਾਂ ਉੱਪਰ ਖੋਲ ਹੈ, ਉਹਦੇ ਛਿਲਕ ਹੈ, ਬੀਜ ਨਹੀਂ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜੋ ਇਹ ਬਚਨ ਹੈ, ਸਤ ਬਚਨ, ਅੰਮ੍ਰਿਤਮਈ ਬਚਨ, ਅਬ ਕਿਉਂ ਉਗਵੇ ਦਾਲ, ਇਹ ਬੰਦੇ ਤੇਰੇ ਕੋਲ ਬੀਜ ਸਾਬਤ ਨਹੀਂ ਹੈ ਔਰ ਸਾਰਾ ਬੀਜ ਤੂੰ ਦਲ ਦਿੱਤਾ ਹੈ, ਦਾਲ ਬਣਾ ਦਿੱਤਾ ਹੈ। ਕਈਆਂ ਨੇ ਤਾਂ ਦਲੀਆ ਹੀ ਬਣਾ ਦਿੱਤਾ ਹੈ, ਦਾਲ ਨਹੀਂ ਦਲੀਆ ਹੀ,
ਮਨ ਦਾ ਕਿਧਰੇ ਇੱਕ ਨਿੱਕਾ ਜਿਹਾ ਹਿੱਸਾ ਇੱਥੇ ਗੁਰਦੁਆਰੇ ਹੋਵੇਗਾ, ਬਾਕੀ ਹਿੱਸੇ ਪਤਾ ਨਹੀਂ ਕਿੱਥੇ ਕਿਤੇ ਖਿਲਰੇ ਪੈਣ। ਕੁਝ ਘਰ ਦੇ 'ਚ ਆਉਣਗੇ, ਕੁਝ ਬਾਜ਼ਾਰ ਦੇ 'ਚ ਆਉਣਗੇ, ਕੁਝ ਹੋਰ ਸ਼ਹਿਰ ਦੇ 'ਚ ਆਉਣਗੇ, ਕੁਝ ਹੋਰ ਕਿਸੇ ਮੁਲਕ ਦੇ 'ਚ ਆਉਣਗੇ। ਜ਼ਰਾ ਥੋੜ੍ਹਾ ਜਿਹਾ ਮਨ ਦੇ ਉੱਤੇ ਝਾਤ ਮਾਰ ਕੇ ਦੇਖਣਾ, ਇਹ ਤਾਂ ਬਿਲਕੁਲ ਦਲੀਆ ਹੋਇਆ ਪਿਆ। ਅਤੇ ਹੁਣ ਦਲੀਆ ਬਹੁਤ ਅਤੇ ਕਿਸ ਤਰ੍ਹਾਂ ਉੱਗੇਗਾ? ਦਲੀਆ ਨੂੰ ਬੀਜ ਕੇ ਵਕਤ ਜ਼ਾਇਆ ਕਰਨਾ, ਸਮਾਂ ਜ਼ਾਇਆ ਕਰਨਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸ਼ਰਤੀਆ ਕਹਿ ਦਿੱਤਾ, ਜੇ ਇੱਕ ਹੋਏ ਤਾਂ ਉਗਵੇ, ਰੁੱਤੀ ਹੂੰ ਰੁੱਤ ਹੋਏ। ਬੀਜ ਇੱਕ ਹੋਵੇਗਾ ਤਾਂ ਉੱਗੇਗਾ, ਨਹੀਂ ਤਾਂ ਨਹੀਂ ਉੱਗੇਗਾ, ਨਹੀਂ ਪੈਦਾ ਹੋਵੇਗਾ। ਲਾਜ਼ਮੀ ਹੈ, ਸ਼ਰਤ ਲਾ ਦਿੱਤੀ। ਅਤੇ ਬੀਜ ਦੁਫਾੜ ਹੈ, ਮੈਂ ਫਿਰ ਅਰਜ਼ ਕਰਾਂ, ਦੁਬਦਾ ਨੂੰ ਦੁਫਾੜ ਆਖਿਆ ਗਿਆ। ਸ਼ਰਧਾ ਵੀ ਹੈ ਮਨੁੱਖ ਦੇ ਅੰਦਰ, ਸ਼ੱਕ ਵੀ ਹੈ। ਸ਼ਰਧਾ ਲੈ ਆਈਏ ਇਸ ਨੂੰ ਗੁਰਦੁਆਰੇ, ਆ ਗਿਆ। ਪਰ ਜਦ ਗੁਰੂ ਇਹ ਆਖੇ, ਔਰ ਇੱਕ ਥਾਂ 'ਤੇ ਕਲਗੀਧਰ ਪਿਤਾ ਕਹਿੰਦੇ ਨੇ ਕਿ ਮੈਂ ਇਹ ਬੇਨਤੀ 'ਤੇ ਜੋਦੜੀ ਨਹੀਂ ਕਰ ਰਿਹਾ, ਮੇਰਾ ਹੁਕਮ ਹੈ। ਬੇਨਤੀ ਨਹੀਂ, ਜੋਦੜੀ ਨਹੀਂ। ਅਕਸਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬਚਨਾਂ ਵਿੱਚ ਬੇਨਤੀ ਹੈ, ਕਵੀ ਉਹ ਬਾਚ ਬੇਨਤੀ ਚੋ ਪਈ, ਬੇਨਤੀ ਜੋਦੜੀ ਤਰਲਾ। ਪਰ ਇੱਕ ਥਾਂ 'ਤੇ ਪਾਤਸ਼ਾਹ ਕਹਿੰਦੇ ਨੇ ਇਹ ਮੇਰੀ ਬੇਨਤੀ ਨਹੀਂ ਹੈ, ਜੋਦੜੀ ਨਹੀਂ ਹੈ ਮੇਰਾ। ਦੋਸਤੋ, ਆਪਾਂ ਅਕਸਰ ਗਿਆਨੀ ਸੰਤ ਸਿੰਘ ਮਸਕੀਨ ਜੀ ਦੀਆਂ ਕਥਾ ਸੁਣਦੇ ਹਾਂ, ਜਦੋਂ ਵੀ ਰੱਬ ਦਾ ਇਨਸਾਨ ਦੇ ਨਾਲ ਤਲਕ ਦਾ ਜ਼ਿਕਰ ਆਉਂਦਾ ਅਤੇ ਉੱਥੇ ਹਮੇਸ਼ਾ ਗਿਆਨੀ ਸੰਤ ਸਿੰਘ ਮਸਕੀਨ ਜੀ ਭੋਜਨ ਦੀ ਗੱਲ ਕਰਦੇ ਨੇ, ਬੀਜ ਦੀ ਗੱਲ ਕਰਦੇ ਨੇ। ਮੈਨੂੰ ਅਕਸਰ ਸਮਝ ਨਹੀਂ ਆਉਂਦੀ ਸੀ। ਕੱਲ੍ਹ ਮੈਂ ਕੁਰਾਨੇ ਪਾਕ ਪੜ੍ਹ ਰਿਹਾ ਸੀ ਦੋਸਤੋ, ਅਤੇ ਉੱਥੇ ਇੱਕ ਵਰਸ ਆਈ ਕਿ ਇਨਸਾਨ ਨੂੰ ਆਪਣੇ ਖਾਣੇ ਦੀ ਤਰਫ ਦੇਖਣਾ ਚਾਹੀਦਾ, ਕਿ ਇਨਸਾਨ ਨੂੰ ਜਿਹੜਾ ਖਾਣਾ ਮਿਲਦਾ ਉਹ ਕਿਸ ਤਰ੍ਹਾਂ ਮਿਲਿਆ, ਕਿ ਰੱਬ ਜਿਹੜਾ ਉਹ ਬੱਦਲਾਂ ਨੂੰ ਭੇਜਦਾ ਅਤੇ ਬੱਦਲ ਬਾਰਿਸ਼ ਜਾਂ ਮੀਂਹ ਪਾਉਂਦੇ ਨੇ, ਅਤੇ ਮੀਂਹ ਤੋਂ ਬਾਅਦ ਜਿਹੜੀ ਬੰਜਰ ਜ਼ਮੀਨ ਹੈ ਦੋਸਤੋ ਉਹ ਨਰਮ ਹੁੰਦੀ ਹੈ, ਅਤੇ ਉਸ ਦੇ ਅੰਦਰੋਂ ਬੀਜ ਦੇ ਜ਼ਰੀਏ ਪੌਦਾ ਪੈਦਾ ਹੁੰਦਾ, ਜੀਵ ਪੈਦਾ ਹੁੰਦਾ, ਉਸ ਤੋਂ ਬਾਅਦ ਉਹਦੇ ਉੱਤੇ ਫਲ, ਉਹਦੇ ਉੱਤੇ ਫਰੂਟ ਲੱਗਦਾ, ਜੋ ਕਿ ਬਾਅਦ 'ਚ ਇਨਸਾਨ ਦੇ ਖਾਣੇ ਦਾ ਜ਼ਰੀਆ ਬਣਦੇ ਨੇ। ਕਿੰਨੇ ਪ੍ਰੋਸੈਸ ਮੁਕੰਮਲ ਕਰਨ ਤੋਂ ਬਾਅਦ ਇਨਸਾਨ ਤੱਕ ਭੋਜਨ ਪਹੁੰਚਦਾ, ਇਸੇ ਤਰ੍ਹਾਂ ਬਹੁਤ ਸਾਰੇ ਪ੍ਰੋਸੈਸ 'ਚੋਂ ਗੁਜ਼ਰ ਕੇ ਆਪਾਂ ਰੱਬ ਤੱਕ ਦੋਸਤੋ ਪਹੁੰਚ ਸਕਦੇ ਹਾਂ। ਗਿਆਨੀ ਸੰਤ ਸਿੰਘ ਮਸਕੀਨ ਜੀ ਨੇ ਕਥਾ ਦੇ ਸ਼ੁਰੂ 'ਚ ਕਿਹਾ ਕਿ ਦੀਨ ਦੇ ਵਿੱਚ, ਧਰਮ ਦੇ ਵਿੱਚ ਕੋਈ ਜ਼ੋਰ ਜ਼ਬਰਦਸਤੀ ਨਹੀਂ ਹੈ। ਬਿਲਕੁਲ ਹੂ ਬਹੂ ਇਹੋ ਹੀ ਚੀਜ਼ ਕੁਰਾਨੇ ਪਾਕ ਦੇ ਵਿੱਚ ਦਰਜ ਹੈ ਕਿ ਲਾ ਇਕਰਾਹ ਫੀ ਦੀਨ, ਦੀਨ ਦੇ ਵਿੱਚ ਕੋਈ ਜ਼ੋਰ ਕੋਈ ਜ਼ਬਰਦਸਤੀ ਨਹੀਂ ਹੈ। ਇਨਸਾਨ ਆਪਣੀ ਮਰਜ਼ੀ ਦੇ ਮੁਤਾਬਕ ਦੀਨ 'ਤੇ ਅਮਲ ਪੈਰਾ ਹੋ ਸਕਦਾ। ਲੇਕਿਨ ਅਗਰ ਆਪਾਂ ਇਹ ਕਹੀਏ ਕਿ ਜੀ ਇਨਸਾਨ ਇਹ ਸਮਝੇ ਕਿ ਜੀ ਮੈਂ ਆਜ਼ਾਦ ਹਾਂ, ਇਨਸਾਨ ਹਮੇਸ਼ਾ ਇਹ ਖਿਆਲ ਕਰਦਾ ਕਿ ਉਹਨੂੰ ਇਸ ਤਰ੍ਹਾਂ ਹੀ ਛੱਡ ਦਿੱਤਾ ਜਾਏਗਾ, ਦੋਸਤੋ ਇਨਸਾਨ ਨੂੰ ਇਸ ਤਰ੍ਹਾਂ ਨਹੀਂ ਛੱਡਿਆ ਜਾਏਗਾ, ਬਲਕਿ ਉਹਨਾਂ ਕੋਲ ਪੂਰਾ ਹਿਸਾਬ ਕਿਤਾਬ ਬਾਅਦ 'ਚੋਂ ਲਿਆ ਜਾਏਗਾ। ਹੁਣ ਅਕਸਰ ਇਹ ਬੰਦਾ ਕਹਿੰਦਾ ਕਿ ਯਾਰ ਸੁਬਹਾ ਉੱਠ ਕੇ ਨਮਾਜ਼ ਪੜ੍ਹ ਲਈਏ, ਗੁਰਦੁਆਰੇ ਚਲੇ ਜਾਈਏ, ਨਾ ਵੀ ਜਾਵਾਂਗੇ ਤਾਂ ਕਿਹੜਾ ਕੋਈ ਫਰਕ ਪੈਂਦਾ? ਦੋਸਤੋ ਉਸ ਜ਼ਾਤ ਨੂੰ ਕੋਈ ਫਰਕ ਨਹੀਂ ਪਏਗਾ। ਕਿਉਂ? ਕਿਉਂਕਿ ਉਹਦੀ ਜ਼ਾਤ ਬੁਲੰਦ ਹੈ, ਉਹਦੀ ਜ਼ਾਤ ਬੜੀ ਉੱਚੀ ਹੈ, ਉਹਨੂੰ ਤੁਹਾਡੇ ਜ਼ਿਕਰ ਦੀ ਕੋਈ ਜ਼ਰੂਰਤ ਨਹੀਂ ਹੈ। ਲੇਕਿਨ ਉਹ ਤੁਹਾਨੂੰ ਸਾਫ਼ ਕਰਨਾ ਚਾਹੁੰਦਾ, ਉਹ ਤੁਹਾਨੂੰ ਪਾਕ ਕਰਨਾ ਚਾਹੁੰਦਾ, ਉਹ ਤੁਹਾਡੇ 'ਤੇ ਆਪਣੀ ਰਹਿਮਤ ਕਰਨਾ ਚਾਹੁੰਦਾ ਕਿ ਤੁਸੀਂ ਉਹਦਾ ਨਾਮ ਬੁਲੰਦ ਕਰੋ, ਆਪਣੀ ਜ਼ਬਾਨ 'ਤੇ ਉਹਦਾ ਜ਼ਿਕਰ ਲੈ ਕੇ ਆਓ। ਉਹਦਾ ਜਦੋਂ ਜ਼ਿਕਰ ਲੈ ਕੇ ਆਓਗੇ ਦੋਸਤੋ, ਫਿਰ ਕੀ ਹੋਏਗਾ?
ਫਿਰ ਇਹ ਹੋਏਗਾ ਕਿ ਆਪਣੀ ਜ਼ਬਾਨ ਜਦੋਂ ਪਾਕ ਹੋਏਗੀ, ਆਪਣੀ ਜ਼ਬਾਨ 'ਤੇ ਜਦੋਂ ਉਹਦਾ ਨਾਮ ਆਏਗਾ, ਆਪਣਾ ਮਨ ਤਰੋ ਤਾਜ਼ਾ ਹੋਏਗਾ, ਆਪਣੇ ਮਨ ਦੇ ਅੰਦਰ ਇੱਕ ਐਸੀ ਤਬਦੀਲੀ ਆਏਗੀ ਜਿਹਦੀ ਵਜ੍ਹਾ ਤੋਂ ਆਪਾਂ ਮਾਸ਼ਰੇ ਦੇ ਵਿੱਚ ਇੱਕ ਅੱਛੇ ਤਰੀਕੇ ਦੇ ਨਾਲ ਜੀ ਸਕਾਂਗੇ, ਮਾਸ਼ਰੇ ਦੇ ਵਿੱਚ ਲੋਕਾਂ ਨੂੰ ਸਿੱਧੇ ਰਾਸਤੇ 'ਤੇ ਪਾ ਸਕਾਂਗੇ। ਇਸ ਵਾਸਤੇ ਦੋਸਤੋ ਮਾਸ਼ਰੇ ਦੇ ਵਿੱਚ ਇੱਕ ਐਸੀ ਜਮਾਤ ਦਾ ਹੋਣਾ ਜ਼ਰੂਰੀ ਹੈ ਜੋ ਲੋਕਾਂ ਨੂੰ ਗਲਤ ਕੰਮਾਂ ਤੋਂ ਰੋਕੇ ਅਤੇ ਚੰਗੇ ਕੰਮਾਂ 'ਤੇ ਲਾਵੇ। ਅਗਰ ਇਸ ਤਰ੍ਹਾਂ ਮਾਸ਼ਰੇ ਦੇ ਵਿੱਚ ਗਲਤ ਕਾਰਿਆਂ ਤੋਂ ਇਨਸਾਨਾਂ ਨੂੰ ਨਾ ਰੋਕਿਆ ਗਿਆ ਜਾਂ ਉਹਨਾਂ ਨੂੰ ਚੰਗੇ ਰਾਸਤੇ 'ਤੇ ਨਾ ਪਾਇਆ ਗਿਆ ਤਾਂ ਇਸ ਮਾਸ਼ਰੇ ਦਾ ਦੋਸਤੋ ਵਜੂਦ ਬਰਕਰਾਰ ਨਹੀਂ ਰਹਿ ਸਕਦਾ। ਐਂਡ 'ਤੇ ਗੁਰੂ ਗੋਬਿੰਦ ਸਿੰਘ ਬਾਬਾ ਗੁਰੂ ਨਾਨਕ ਸਾਹਿਬ ਦੀ ਜਿਹੜੀ ਇੱਕ ਦਲੀਲ ਇਹਨਾਂ ਨੇ ਪੇਸ਼ ਕੀਤੀ ਕਮਾਲ ਹੀ ਕਿ ਧਨੀਏ ਦਾ ਬੀਜ ਜਿਹੜਾ ਉਹਨੂੰ ਅਗਰ ਆਪਾਂ ਮਸਲ ਦਈਏ ਤਾਂ ਉੱਥੋਂ ਕਿਸ ਤਰ੍ਹਾਂ ਫਿਰ ਉਹ ਪੈਦਾ ਹੋ ਜਾਂਦਾ। ਫਿਰ ਉੱਥੇ ਗਿਆਨੀ ਸੰਤ ਸਿੰਘ ਮਸਕੀਨ ਜੀ ਨੇ ਦਲੀਲ ਦੇ ਨਾਲ ਜਵਾਬ ਦਿੱਤਾ। ਦੋਸਤੋ ਦਲੀਲ ਇੱਕ ਐਸੀ ਚੀਜ਼ ਹੈ ਕਿ ਜੋ ਸਾਰੇ ਝੂਠ ਦਾ ਮੂੰਹ ਬੰਦ ਕਰ ਦਿੰਦੀ ਹੈ ਅਤੇ ਇਨਸਾਨ ਦੋਸਤੋ ਰੱਬ ਦਾ ਬੜਾ ਨਾ ਸ਼ੁਕਰ ਹੈ ਕਿਸ ਤਰ੍ਹਾਂ ਕਿ ਇਨਸਾਨ ਨੂੰ ਰੱਬ ਨੇ ਕਿਸ ਚੀਜ਼ ਤੋਂ ਪੈਦਾ ਕੀਤਾ, ਮਨੀ ਦੇ ਕਤਰੇ ਤੋਂ ਪੈਦਾ ਕੀਤਾ ਅਤੇ ਫਿਰ ਉਹਨੂੰ ਸਿੱਧੇ ਰਾਸਤੇ ਦੀ ਤਮੀਜ਼ ਵੀ ਦਿੱਤੀ ਹੈ। ਉਹਦੇ ਅੱਗੇ ਦੋ ਰਾਸਤੇ ਨੇ, ਇੱਕ ਸਿੱਧਾ ਰਾਸਤਾ, ਇੱਕ ਗਲਤ ਰਾਸਤਾ, ਲੇਕਿਨ ਫਿਰ ਵੀ ਇਨਸਾਨ ਨੂੰ ਸੋਚਣਾ ਚਾਹੀਦਾ ਕਿ ਉਹ ਕਿਸ ਰਾਸਤੇ 'ਤੇ ਪਏਗਾ। ਅਤੇ ਇਨਸਾਨ ਕਦੀ ਵੀ ਘਾਟੀ ਤੋਂ ਗੁਜ਼ਰਦਾ ਨਹੀਂ ਗਾ, ਯਾਨੀ ਕਿ ਇੱਕ ਪਹਾੜੀ ਤੋਂ ਨਹੀਂ ਗੁਜ਼ਰਦਾ। ਅਤੇ ਪਹਾੜੀ ਦੋਸਤੋ ਕੀ ਹੈ ਕਿ ਕੋਈ ਨਦਾਰ ਜਿਹੜਾ ਮਿੱਟੀ ਦੇ ਵਿੱਚ ਪਿਆ ਹੈ ਉਹਦੀ ਗਰਦਨ ਨੂੰ ਛੁਡਾਉਣਾ ਜਾਂ ਉਹਨੂੰ ਖਾਣਾ ਖਿਲਾਉਣਾ, ਕਿਸੇ ਮਸਕੀਨ ਨੂੰ ਕਿਸੇ ਗਰੀਬ ਨੂੰ ਖਾਣਾ ਖਿਲਾਉਣਾ ਬੇਸਿਕਲੀ ਇੱਕ ਪਹਾੜ 'ਤੇ ਚੜ੍ਹਨ ਜੈਸਾ। ਅਤੇ ਕੋਈ ਵੀ ਇਨਸਾਨ ਜੋ ਕਿ ਇਹ ਕਹਿੰਦਾ ਕਿ ਮੈਂ ਬੜਾ ਧਾਰਮਿਕ ਹਾਂ, ਅਗਰ ਉਹ ਲੋਕਾਂ ਨੂੰ ਖਾਣਾ ਨਹੀਂ ਖਿਲਾਉਂਦਾ, ਲੋਕਾਂ ਦੀ ਮਦਦ ਨਹੀਂ ਕਰਦਾ, ਉਦੋਂ ਲੋਕਾਂ ਦੀ ਮਦਦ ਨਹੀਂ ਕਰਦਾ ਜਦੋਂ ਲੋਕਾਂ ਨੂੰ ਉਹਦੀ ਜ਼ਰੂਰਤ ਹੈ, ਅਤੇ ਫਿਰ ਉਹ ਧਾਰਮਿਕ ਹੋ ਸਕਦਾ, ਉਹ ਨਮਾਜ਼ਾਂ ਪੜ੍ਹਨ ਵਾਲਾ ਹੋ ਸਕਦਾ, ਉਹ ਇਬਾਦਤ ਕਰਨ ਵਾਲਾ ਹੋ ਸਕਦਾ, ਇਨਸਾਨ ਨਹੀਂ ਹੋ ਸਕਦਾ। ਦੋਸਤੋ ਕਥਾ ਦਾ ਪਹਿਲਾ ਪਾਰਟ ਆਪਾਂ ਸੁਣਿਆ ਦੋਸਤੋ, ਦੂਸਰਾ ਪਾਰਟ ਆਪਾਂ ਜਲਦ ਲੈ ਕੇ ਆਵਾਂਗੇ, ਬਲਕਿ ਕੱਲ੍ਹ ਤੱਕ ਇਨਸ਼ਾਅੱਲਾ ਦੂਸਰਾ ਪਾਰਟ ਜ਼ਰੂਰ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ। ਅੱਲਾਹ ਨਿਗਹਿਬਾਨ।